ਰੋ ਜੀ ਜਾ ਉੱਠ ਕੇ ਚਾਹ ਬਣਾ ਲਾ ਚਾਹ ਬਣਾਵਾ ਹਾਂ ਪਹਿਲਾਂ ਐਂ ਕਰ ਤੂੰ ਨਹਾ ਲਾ ਪਾਣੀ ਗਿੱਲਾ ਵਾ ਪਾਣੀ ਐਂ ਕਰ ਤੂੰ ਬਾਲਟੀ ਭਰ ਕੇ ਨਾ ਕੋਠੇ ਤੇ ਰੱਖ ਕੇ ਸੁੱਕ ਜੂਗਾ ਫਿਰ ਨਹਾ ਲਈ ਚਾ ਠੀਕ ਆ ਦੱਸ ਵੀ ਮੰਜੇ ਤੇ ਤਾਂ ਤੁਸੀਂ ਦਫ਼ਤਰ ਲਿਆ ਹੋਇਆ ਵਾ ਦਫ਼ਤਰ ਲਿਆ ਹੈ ਫਲੈਟ ਵੀ ਨਾਲ ਹੀ ਆ ਤੇ ਫਿਰ ਮੈਂ ਕੀ ਕਰਾਂ ਮੇਰੇ ਤਾਂ ਗੋਡੇ ਦੋਗੇ ਤਾਂ ਮੈਂ ਤਾਂ ਚੜਾਈ ਨਹੀਂ ਚੜੀ ਜਾਂਦੀ ਗੀ ਚਾ ਤੈਨੂੰ ਦੇਸੀ ਹਕੀਮ ਕੋਲੇ ਲੈ ਚੱਲਦਾ ਮਾ ਅੱਛਾ ਉਹ ਤਾਂ ਦਵਾਈ ਦਵਾ ਲਿਓ ਨਾ ਮਾ ਤੈਨੂੰ ਚਲੋ ਬਸ ਪੜਦੇ ਪੜੇ ਕਰਦੀ ਆ ਧੁੱਪ ਨਿਕਲਦੀ ਆਉਂਦੀ ਆ ਅੱਛਾ ਹਾਂ ਤੁਸੀਂ ਆਇਆ ਕਰ ਮੈਂ ਤਾਂ ਚਾਹ ਬਣਾ ਲਿਆ ਠੀਕ ਹੈ ਨਾ ਹਾਂ ਤੇ ਕੰਬਲ ਦੀ ਤੈ ਲਾ ਲੈ ਚਾਦਰ ਜਿੱਧਰ ਝਾੜ ਦੇ ਝਾੜੂ ਪੋਚਾ ਲਾ ਦੋ ਠੀਕ ਹੈ ਨਾ ਤੇ ਮੈਂ ਚਲੀ ਲੋ ਪੜਦੇ ਖੋਲਦੇ ਮਮੀ ਲੋ ਧੁੱਪ ਬਾਵਾ ਚੜ ਗਈ ਹਾਂ ਧੁੱਪ ਨਹੀਂ ਨਿਕਲ ਰਹੀ ਜੀ ਦੇਖੋ ਇੱਧਰ ਹਾਂ ਠੀਕ ਹੈ ਨਾ ਹਾਂ ਔਰ ਸੇ ਤੇਰਾ ਬੈਠੋ ਹਾਂ ਠੀਕ ਹੈ ਨਾ ਸਫਾਈ ਕਰ ਲੋ ਕਰਨਾ ਦੀ ਅੱਛਾ ਤੂੰ ਕਿੱਥੇ ਚਲੀ ਆ ਮੈਂ ਹਾਂ ਮੈਂ ਵੀ ਜਾ ਕੇ ਚੱਲੀ ਆ ਨਾ ਸ਼ਿਮਲੇ ਤੋਂ ਮੜੇ ਅੱਛਾ ਹਾਂ ਨਾ ਆ ਜਾ ਮੁੜਿਆ ਕਾਹਤੋਂ ਰੁੱਸ ਕੇ ਚੱਲੀ ਆ ਤੂੰ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਿਹਾ ਹੈਗਾ ਮੈਂ ਸ਼ਿਮਲੇ ਤਾਂ ਚੱਲੀ ਆ ਹਾਂ ਠੀਕ ਹੈ ਨਾ ਆ ਜਾ ਬੈਠ ਜਾ ਉੱਥੇ ਬਾਰਫ ਪੈਂਦੀ ਆ ਹਾਂ ਠੀਕ ਹੈ ਨਾ ਨਾ ਤਾਂ ਮੈਨੂੰ ਪੈਣਾ ਹੀ ਹੈ ਅੱਛਾ ਹਾਂਜੀ ਜਾ ਤੋ ਜਾ ਜਾ ਨਾ ਤਾਂ ਮੈਂ ਵੀ ਰਾਤੀ ਦੋੜੇ ਪੈਣ ਦੀ ਗੱਲ ਕੀ ਸੀ ਗੱਲ ਨਹੀਂ ਉੱਥੇ ਜਾ ਕੇ ਬਸ ਚੱਲ ਨਹੀਂ ਹਾਂ ਹੈ ਚਲ ਸਾਰੀ ਸਫਾਈ ਕਰ ਲੋ ਮੈਂ ਤੇਰਾ ਨੌਕਰ ਬਿੱਥਿਆ ਹਾਂ ਤੇ ਜੇ ਕੋਈ ਦਫ਼ਤਰ ਚ ਆਇਆ ਨਾ ਪ੍ਰੋਗਰਾਮ ਬੁੱਕ ਕਰਨ ਵਾਲਾ ਹਾਂ ਤੇ ਬੁੱਕ ਕਰ ਲਈ ਅੱਛਾ ਤੇ ਪੈਸੇ ਕਿੰਨੇ ਮੰਗਣੇ ਇੰਨਾ ਪਤਾ ਤਾਂ ਮੈਨੂੰ ਨਹੀਂ ਪਤਾ ਕਿ ਤੇ ਤੈਨੂੰ ਹੀ ਪਤਾ ਹੋਗਾ ਹਾਂ 4 ਲੱਖ ਰੁਪਏ ਲੈਣਾ ਆਪਾਂ ਇੱਕ ਪ੍ਰੋਗਰਾਮ ਦਾ ਇੱਕ ਪ੍ਰੋਗਰਾਮ ਦਾ ਅੱਛਾ ਫਿਰ ਤਾਂ ਤੇਰੀ ਭਾਈ ਗੱਲਬਾਤ ਬੱਲੇ ਬੱਲੇ ਹੀ ਆ ਠੀਕ ਆ ਨਾ ਇਹ ਪਾਬੀ ਅਰਜੀਤ ਵਾਦਾ ਨਾ ਚੱਲਦਾ ਵਾ ਅਸਾ ਨਾ ਚੱਲਦਾ ਵਾ ਹਾਂ ਐ ਵੀ ਨਹੀਂ ਔਰ ਤੇਰੇ ਝੋਲਾ ਜਦ ਥੱਲੇ ਗਿਰ ਗਿਆ ਸੁੱਤੋ ਵੀ ਕਿਉਂ ਗਿਰ ਗਿਆ ਤੇ ਪਰੇ ਹਾਂ ਜਾ ਕੋ ਲਾਇਆ ਕਰ ਜਾ ਨਾ ਲਾ ਜਾ ਬਾਜੀ ਮੈਂ ਚੱਲਦੀ ਹਾਂ ਵਾ ਮੈਂ ਵੀ ਭਾਬੀ ਚੱਲੀ ਆ ਨਾਉਣ ਆਏ ਹਾਏ ਨਾ ਲਾ ਨਾ ਲਾ ਦੇਖ ਲੈ ਪਾਣੀ ਲੈ ਉਹ ਲੇਜਰ ਦਾ ਡੜ ਨਹੀਂ ਉਹ ਤਾਂ ਪਾਣੀ ਗਰਮ ਹੋ ਜਾਊਗਾ ਹਾਂ ਇਹ ਗੱਲ ਠੰਡ ਲੱਗਦੀ ਹੈ ਠੰਡ ਲੱਗਦੀ ਹੈ ਜੀ ਜਾ ਤੂੰ ਜਾ ਮੈਂ ਖੋਲਦਾ ਬੂਆ ਜਾ 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 ਲੈ ਨਾ ਜਾ ਬਾਜਾ ਹਾਂ ਮੈਂ ਤਾਂ ਤੈਨੂੰ ਰੋਜ਼ੀ ਕਿਹਾ ਸੀ ਵੀ ਨਾ ਲੈ ਤੂੰ ਤੂੰ ਤਾਂ ਮੂੰਹ ਧੋਣ ਲੱਗੀ ਜੀਵਨ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਠੀਕ ਹੈ ਨਾ ਹਾਂ ਆਈ ਠੰਡਾ ਠੰਡਾ ਪਾਣੀ ਆ ਨਾ ਉਹਨੂੰ ਦਿਲ ਹੀ ਕਰਦਾ ਦਾ ਨਾ ਲੈ ਨਾ ਲੈ ਪਾਣੀ ਗਰਮ ਕਰ ਲੈ ਉਹਦੇ ਲੇਜਰ ਲੱਗਿਆ ਵਾ ਠੀਕ ਹੈ ਜੀ ਹਾਂ ਮੈਂ ਬਾਅਦ ਵਿੱਚ ਗਰਮ ਕਰੂੰਗੀ ਪਾਣੀ ਠੀਕ ਹੈ ਨਾ ਹਾਂ ਮੈਂ ਬਾਥਰੂਮ ਕਰ ਲਵਾਂ ਬਾਥਰੂਮ ਕਰ ਲਈ ਹਾਂਜੀ ਜਾ ਕਰ ਲੈ ਇਹ ਕਦੇ ਬਾਥਰੂਮ ਬੜਾ ਆਉਂਦਾ ਆਪਾਂ ਬਾਥਰੂਮ ਕਰ ਲੈਣਾ ਬਾਹਰ ਆ ਜਾਣਾ ਪਰਨਾ ਹੈ ਹੀ ਨਹੀਂ ਅੱਛਾ ਲੱਗਿਆ ਜੀ ਮੇਰੇ ਦਫ਼ਤਰ ਦਾ ਸੈਰ ਕਰ ਲਓ ਯਾਰ ਮੇਰੇ ਦਫ਼ਤਰ ਅਜੇ ਸਫਾਈ ਕਰਨੀ ਆ ਭਾਬੀ ਨੇ ਠੀਕ ਹੈ ਨਾ ਰੋਜੀ ਨੇ ਤੇ ਚਲੋ ਮੈਂ ਮੋਹਾਲੀ ਦੇ ਵਿੱਚ ਦਫ਼ਤਰ ਖੋਲਿਆ ਹੋਇਆ ਵਾ ਜਿਹਨੇ ਵੀ ਮੈਨੂੰ ਮਿਲਣਾ ਵਾ ਮੋਹਾਲੀ ਦੇ ਵਿੱਚ ਮਿਲ ਸਕਦਾ ਵਾ ਕਿ ਮੈਂ ਤੁਹਾਨੂੰ ਐਡਰੈਸ ਦਵਾਂਗਾ ਮੇਰੀ ਵੀਡੀਓ ਦੇ ਵਿੱਚ ਤੇ ਤੁਸੀਂ ਜ਼ਰੂਰ ਮੇਰੇ ਕੋਲ ਆਉਣਾ ਵਾ ਜਾਂ ਕਹਿੰਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਪ੍ਰੋਗਰਾਮ ਬੁੱਕ ਕਰਾਉਣੇ ਆ ਜਾਂ ਸਟੇਜੀ ਪ੍ਰੋਗਰਾਮ ਵਗੈਰਾ ਮੈਂ ਲਾਉਣਾ ਵਾ ਤੇ ਹਾਂਜੀ ਮੈਂ ਖਾੜੇ ਵੀ ਲਾਉਣਾ ਵਾ ਅਤੇ ਖਾੜਾ ਵੀ ਬੁੱਕ ਕਰਾ ਸਕਦੇ ਹੋ ਉਸ ਦੇ ਵਿੱਚ ਤੁਹਾਨੂੰ ਗਾਉਣ ਨੂੰ ਸ਼ਿਵਸ਼ਕਤੀ ਮਿਲੂਗਾ ਹੰਸ ਅਤੇ ਜਿੰਦਾ ਹੰਸ ਮਿਲੂਗਾ ਅਤੇ ਰਣਜੀਤ ਕੌਰ ਭਾਬੀ ਮਿਲੂਗੀ ਔਰ ਦਫ਼ਤਰ ਮੇਰਾ ਬਹੁਤ ਸੋਹਣਾ ਹੁੰਦਾ ਅਸੀਂ ਕਰ ਲਈ ਮੈਂ ਦਫ਼ਤਰ 'ਚ ਏ ਸੀ ਬੀ ਸੀ ਲਵਾਇਆ ਵੀ ਭਾਬੀ ਨੂੰ ਗਰਮੀ ਨਾਲ ਲਾਈ ਪਈ ਕਿਤੇ ਨਾ ਪਰ ਭਾਬੀ ਐਸੀ ਆ ਵੀ ਜਿਹੜੀ ਠੰਡ ਦੇ ਵਿੱਚ ਵੀ ਏ ਸੀ ਲਾ ਕੇ ਰੱਖਦੀ ਹੈ ਹੈ ਨਾ ਬਹੁਤ ਸੋਹਣਾ ਆ ਦੇਖੋ ਅਜੇ ਤੱਕ ਨਾ ਕੰਬਲ ਚੱਕਿਆ ਵਾ ਨਾ ਪੁੱਤ ਕਰਿਆ ਵਾ ਹਾਏ ਮੈਂ ਕਿੰਨਾ ਕਿਊਟ ਕਿੰਨਾ ਸੋਹਣਾ ਜਾਂ ਮੈਂ ਆਪਣੇ ਡੈਡੀ ਵਰਗਾ ਇੰਨਾ ਕਿਊਟ ਜਾਂ ਮੈਂ ਯਾਰ ਮੈਨੂੰ ਤਾਂ ਭੁੱਖ ਲੱਗ ਗਈ ਆ ਮਿਰਚਾਂ ਦੀ ਸਬਜ਼ੀ ਕਹਿੰਦਾ ਮੰਮਾ ਨੂੰ ਬਣਾਉਣ ਵਾਸਤੇ ਉਹ ਬਣਾਊਂਗੀ ਸਬਜ਼ੀ ਮਿਰਚਾਂ ਦੀ ਮੰਮੀ ਕੀ ਮੈਂ ਕੀ ਕਰਦੀ ਆ ਕਿਉਂ ਮੈਂ ਤੈਨੂੰ ਕੀ ਕਿਹਾ ਸੀ ਕੀ ਕਿਹਾ ਸੀਗਾ
ਮੈਂ ਕਿਹਾ ਮੇਰੇ ਚਲ ਸਬਜ਼ੀ ਦੇ ਪਰੌਂਠੇ ਬਣਾ ਦੇ ਮੇਰੇ ਵਾਸਤੇ। ਅੱਛਾ ਪਰ ਤੂੰ ਕੀ ਕਰਦੀ ਆ? ਮੈਂ ਤੇ ਰੋਟੀ ਵਾਸਤੇ ਲੈਣੀ ਆ। ਮੇਰੇ ਸਿਰ ਦੀ ਮਾਲਿਸ਼ ਕਰਦੀ, ਮੇਰੇ ਸਿਰ ਬਹੁਤ ਜ਼ਿਆਦਾ ਦੁਖਦਾ। ਅੱਛਾ ਅੱਲਾ 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 ਮਾਲਿਸ਼ ਹੋ ਗਈ ਤੇ ਅੱਲਾ ਮਿਰਚਾਂ ਦੀ ਸਬਜ਼ੀ ਤੇ ਪਰੌਂਠੇ ਲਖਾ ਲੈ। ਭੁੱਖ ਲੱਗੀ ਆ। ਜਿੱਦਾਂ ਦੀ ਤੂੰ ਮੇਰੇ ਮਾਲਿਸ਼ ਕੀਤੀ ਆ ਨਾ ਉਦਾਂ ਦੇ ਪਰੌਂਠੇ ਮਿਰਚਾਂ ਦੀ ਸਬਜ਼ੀ ਮਿਲਣੀ ਆ ਤੈਨੂੰ। ਮੈਂ ਤਾਂ ਬਹੁਤ ਸੋਹਣੀ ਕੀਤੀ ਆ। ਚੁੱਪ। ਰੋਜੀ। ਹਾਂਜੀ। ਆ ਜਾ ਨਾਲੇ ਪਰੌਂਠੇ ਖਾ ਲਾ, ਚਾਹ ਪੀ ਲਾ, ਨਾਲੇ ਸ਼ਿਵ ਸ਼ਕਤੀ ਹੰਸ ਨੂੰ ਲੈ ਆ, ਉਹ ਵੀ ਖਾ ਪੀ ਲਵੇ ਚਾਹ। ਲਓ ਜੀ। ਚਾਹ ਖਾਧੀ ਜਾਂਦੀ ਆ? ਹਾਂ, ਰੋਟੀ ਪੀਤੀ ਜਾਂਦੀ ਆ। ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਲਓ ਜੀ ਭਾਬੀ, ਤੁਹਾਡੀ ਕਹਿੰਦੇ ਆ ਰੋਜੀ ਹੁਣ ਚਾਹ ਖਾਊਗੀ ਤੇ ਰੋਟੀ ਪੀਊਗੀ, ਹੈ ਨਾ? ਹਾਂਜੀ। ਕੀ ਬਾਤ ਆ! ਤੇ ਸ਼ਕਤੀ ਕਿੱਥੇ ਗਿਆ? ਸ਼ਿਵ ਸ਼ਕਤੀ ਆ ਜਾ ਵੀ ਜਰਾ, ਤੂੰ ਵੀ ਠੀਕ ਹੈ ਨਾ? ਤੂੰ ਵੀ ਖਾ ਲਾ, ਮੰਮੀ ਤੋਂ ਮੰਗਦਾ ਵਾ ਮਿਰਚਾਂ ਦੀ ਸਬਜ਼ੀ ਹੈ ਤੇ ਪਰੌਂਠੇ। ਓਏ ਹੁਣ ਪਰੌਂਠੇ ਤਾਂ ਲਿਆਦੇ, ਚੱਲ ਮਿਰਚਾਂ ਇਹਦੇ ਵਿੱਚ ਹੀ ਪਾ ਦਈਆਂ ਸਾਰਾ ਕੁਛ, ਠੀਕ ਹੈ ਨਾ? ਖਾ ਲਾ। ਅੱਛਾ, ਚਾਹ ਵੀ ਪੀ ਲਾ। ਪੀਣੀ ਚਾਹ? ਹਾਂਜੀ। ਆ ਜਾ, ਚਾਹ ਖਾ ਲਓ ਤੇ ਪਰੌਂਠਾ ਪੀ ਲਓ। ਕਿਆ ਲੱਜਦੇ?